ਗਾਣਾ ਮਗਰੋਂ ਤੂੰ ਇੱਦਾਂ ਛੇੜਦਾ, ਮੂਹਰੇ ਪੰਜਾਬ ਪੁਲਿਸ ਬੈਠੀ ਆ। ਮੈਂ ਘੁੰਘਾਣੇ ਵਜਾਇਆ ਸੀ, ਮੈਂ ਤਾਂ ਲਾਇਆ ਸੀ। ਪਤਾ ਕਿਹੜਾ ਗਾਣਾ? ਬੜੇ ਚਿਰ ਤਾਂ ਡਿਮਾਂਡ ਕਰ ਰਹੇ ਕਿ ਖਸਖਸ ਦੀ ਖੇਤੀ ਲੀਗਲ ਹੋਣੀ ਚਾਹੀਦੀ ਹੈ, ਬੰਦੇ ਕੰਮ ਕੁੰਮ ਕਰਨ ਲੱਗ ਜਾਣਗੇ, ਮਾੜੇ ਨਸ਼ੇ ਤੋਂ ਬਚੇ ਰਹਿਣਗੇ। ਗਾਣੇ ਦੀ ਕਹਾਣੀ ਵੀ ਇੱਦਾਂ ਹੀ ਹੈ। ਬੰਦਾ ਮੋਰੀ ਮੋਟੀ ਕਾਲੀ ਕੁਲੀ ਵੱਟ ਕੇ ਖਾਂਦਾ, ਕਹਿੰਦੀ ਜਦੋਂ ਤਾਂ ਖਾਧੀ ਹੁੰਦੀ ਉਦੋਂ ਤਾਂ ਉੱਡਿਆ ਉੱਡਿਆ ਕਰਦਾ, ਇੱਕ ਸੂਟ ਮੰਗਦੀ ਹਾਂ, ਦੋ ਲਿਆ ਕੇ ਦਿੰਦਾ, ਕਿਉਂਕਿ ਅੰਦਰੋਂ ਮਨੀ ਰਾਮ ਖੁਸ਼ ਹੁੰਦਾ ਅਤੇ ਖੁਸ਼ ਹੋਇਆ ਬੰਦਾ ਕੁਛ ਵੀ ਕਰ ਸਕਦਾ। ਅਤੇ ਜਦੋਂ ਮੁੱਕੀ ਹੁੰਦੀ ਹੈ ਫਿਰ ਕੀ ਹੁੰਦਾ? ਲਓ ਜੀ ਸੁਣ ਕੇ ਜ਼ਰਾ। ਵਰਗੀ ਉਹ ਵੀ ਪਰੀ ਲੱਗਦੀ ਹੈ, ਠੀਕ ਹੈ। ਅਤੇ ਜੇ ਕਿਤੇ ਮੁੱਕੀ ਹੋਵੇ ਫਿਰ ਕਹਿੰਦਾ ਨੇੜੇ ਨਾ ਨਹੀਂ, ਜੋ ਮਰਜ਼ੀ ਆ। ਤੂੰ ਇੰਨੀ ਸੋਹਣੀ ਏ ਨੀ ਜੀ ਕਰਦਾ ਵੇਖੀ ਜਾਵਾਂ, ਸੁਲਗਾਂ ਦਾ ਝੂਟਾ ਨੇ ਤੇਰੀਆਂ ਕੋਲ ਗੋਰੀਆਂ ਬਾਬਾ, ਦਾ ਝੂਟਾ ਨੇ ਤੇਰੀਆਂ ਕੋਲ ਗੋਰੀਆਂ ਬਾਬਾ। ਕਦੇ ਲੱਗਦੀ ਖੰਡ ਮਿਸ਼ਰੀ ਨੀ, ਕਦੇ ਲੱਗੇ ਮੱਖਣ ਦਾ ਪੇੜਾ, ਜਿੰਨਾ ਨਸ਼ਾ ਆਏ ਨੀ ਹਾਏ ਨਸ਼ਾ ਆਨੜੇ, ਨਸ਼ਾ ਨਾ ਗਣੀ ਦਾ ਓਨਾ ਨਸ਼ਾ ਹਾਨੜੇ ਤੇਰਾ, ਉਹ ਨਸ਼ਾ ਨਾ ਗਣੀ ਦਾ ਓਨਾ ਨਸ਼ਾ ਹਾਨੜੇ ਤੇਰਾ। ਉੱਠ ਵੱਡੇ ਤੜਕੇ ਵੇਲ ਨੇ ਕਿੱਚ ਵੈਰੀਆ ਤਿਆਰੀ,
ਜਦੋਂ ਦੀ ਤੂੰ ਜ਼ਿੰਦਗੀ ਵਿੱਚ ਆਈ, ਤੇਰੇ ਕਰਕੇ ਹਾਣ ਦੀਏ ਜਾਂਦਾ ਭਿੱਖੀ ਵਾਲਾ ਸ਼ਾਹੀ, ਤੇਰੇ ਕਰਕੇ ਹਾਣ ਦੀਏ ਜਾਂਦਾ ਭਿੱਖੀ ਵਾਲਾ ਸ਼ਾਹੀ। ਤੂੰ ਕੱਟਦੀ ਬੈਲੀ ਨਾ ਨੀ ਤੇਰਾ ਪੱਥਰ ਜਿੱਟਾ ਤੇਰਾ, ਜਿੰਨਾ ਨਸ਼ਾ ਹਾਏ ਨੀ ਹਾਏ ਨਸ਼ਾ ਹਾਨੜੇ ਨਸ਼ਾ ਨਾ ਗਣੀਦਾ, ਓਨਾ ਨਸ਼ਾ ਹਾਨੜੇ ਤੇਰਾ, ਉਹ ਨਸ਼ਾ ਨਾ ਗਣੀਦਾ ਓਨਾ ਨਸ਼ਾ ਹਾਨੜੇ ਤੇਰਾ। ਨਸ਼ਾ ਨਾ ਗਣੀਦਾ ਓਨਾ ਨਸ਼ਾ ਹਾਨੜੇ ਤੇਰਾ।